तू गर्मिया च एसी बिच सौंदी एसी बिच सौंदी नहीं तू एसी बिच सौंदी नहीं तू एसी बिच ਕਿਸੇ ਚੀਜ਼ ਦੀ ਰਕਾਤ ਨੀ ਲੁਧਿਆਣੇ ਚੰਡੀਗੜ੍ਹ ਸ਼ਹਿਰ ਚ ਪਾਲਾਤ ਨੀ ਕਿਸੇ ਵਿੱਚ ਹੁੰਦੀ ਕਿਸੇ ਚੀਜ਼ ਦੀ ਨਕਾਤ ਨੀ ਲੁਧਿਆਣੇ ਚੰਡੀਗੜ੍ਹ ਸ਼ਹਿਰ ਚ ਪਲਾਟ ਹਜੇ ਸ਼ਹਿਰ ਚ ਪਲਾਟ ਨੀ ਸਿਮਤ ਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ ਸਿਮਤ ਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ ਸਿਮਤ ਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ ਨਾਲੇ ਬੱਚਿਆਂ ਦੇ ਖਾਤੇ ਖਾ ਲਵਾਈ ਪਟਵਾਰ ਨੇ ਸਾਰੇ ਨਾ ਜੱਟਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਅੰਕਲ ਜੀ ਹੋਣਾ ਵੱਲੋਂ ਮਿਹਰਬਾਨੀ ਸਾਡਾ ਛੋਟਾ ਵੀ ਬਹੁਤ ਸਾਰਾ ਪਿਆਰ ਸਤਿਕਾਰ ਦੇ ਕੇ ਮੈਂ ਮਿਹਰਬਾਨੀ ਸ਼ੁਕਰੀਆ ਜਿਉਂਦ ਰਹੋ ਨੌਲਾਦ ਨਾਲ ਸਾਲ ਦੇ ਵਿੱਚ ਜੂਨ ਦਾ ਮਹੀਨਾ ਖਾਸ ਕਰਕੇ ਤੁਸੀਂ ਸਭ ਜਾਣਦੇ ਹੋ ਜੂਨ ਦਾ ਮਹੀਨਾ ਇੱਕ ਵਾਰ ਆਉਂਦਾ ਤੇ ਹੁੰਦਾ ਥੋੜ੍ਹਾ ਜਿਹਾ ਕੜੇ ਕਰੜਾ ਕਰੜਾ ਤਾਂ ਹੁੰਦਾ ਵੀ ਕਈਆਂ ਲਈ ਫਾਇਦੇਮੰਦ ਵੀ ਹੁੰਦਾ ਜੂਨ ਦਾ ਮਹੀਨਾ ਸਾਡੀਆਂ ਭੈਣਾਂ ਜਵਾਕਾਂ ਨੂੰ ਲੈ ਕੇ ਨਾਨਕੇ ਗਈਆਂ ਹੁੰਦੀਆਂ ਕਿਉਂਕਿ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਅਤੇ ਫਿਰ ਬੰਦਾ ਆਪਣੀ ਮਨਮਰਜ਼ੀ ਵੀ ਕਰ ਸਕਦਾ ਮਗਰੋਂ ਹਾਂ ਕਈ ਬੰਦੇ ਕਰਦੇ ਆ ਘਰ ਵਾਲੀ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਘਰ ਵਾਲੀ ਪੇਕੇ ਯਾਰ ਠੇਕੇ ਕਈ ਮੁੜੇ ਆਉਂਦੀਆਂ ਅਤੇ ਕਈ ਬਹਾਨਾ ਬਣਾ ਕੇ ਜਾਂਦੀਆਂ ਮੁੜਦੀਆਂ ਵੀ ਇਹ ਨਹੀਂ ਫਿਰ ਲਿਆਉਣੀਆਂ ਪੈਂਦੀਆਂ ਜਾ ਕੇ ਅਤੇ ਇੱਧਰ ਵੀ ਇਹੋ ਜਿਹੀ ਗੱਲ ਆ ਚਲੀ ਗਈ ਆ ਮੁੜੀ ਨਹੀਂ ਫਿਰ ਬਾਈ ਉਡੀਕ ਉਡੀਕ ਕੇ ਘਰ ਵਾਲੀ ਨੂੰ ਲੈਣ ਜਾਂਦਾ ਹੈ ਪਹੁੰਚ ਜਾਂਦਾ ਕੀ ਵੇਖਦਾ ਕਿ ਘਰ ਵਾਲੀ ਗੁੱਸੇ ਦੇ ਵਿੱਚ ਭਰੀ ਪੀਤੀ ਬੈਠੀ ਹੈ ਕਹਿੰਦਾ ਯਾਰ ਗਈ ਤਾਂ ਚੰਗੀ ਭਲੀ ਸੀ ਇਹਦੇ ਕੀ ਸੱਪ ਲੜ ਗਿਆ ਇੱਥੇ ਆ ਕੇ ਲਓ ਘਰ ਵਾਲੇ ਨੂੰ ਕੀ ਆਖਦੀ ਹੈ ਅਤੇ ਅੱਗੋਂ ਅੱਜ ਕੱਲ੍ਹ ਦਾ ਪੜ੍ਹਿਆ ਲਿਖਿਆ ਨੌਜਵਾਨ ਕੀ ਜਵਾਬ ਦਾ ਬਹੁਤ ਪਿਆਰਾ ਹਾਂਜੀ ਹੁਣ ਸਿਆਣੇ ਦਾ ਲੋੜ ਕੀ ਸਿਆਣੇ ਦੀ ਸਹੀ ਗੱਲ ਆ ਬੜਾ ਗੁੱਸਾ ਕਰ ਗਈ ਹੁਣ ਸਾਰ ਲੈਂਦਾ ਕਹਿੰਦੀ ਲੋੜ ਕੀ ਸੀ ਆਉਣ ਦੀ ਮੇਰੇ ਪੇਕੀ ਆ ਕੇ ਰੁੱਸੀ ਨੂੰ ਮਨਾਉਣ ਤੇਰੇ ਬਿਨਾਂ ਸਰਦਾ ਨਹੀਂ ਸਹੀ ਗੱਲ ਆ ਤੇਰੇ ਬਿਨਾਂ ਸਰਦਾ ਨਹੀਂ ਭਾਗਵਤ ਸਹੀ ਗੱਲ ਆ ਝੂਠ ਵਾਲੀ ਗੱਲ ਨਹੀਂ ਤੇਰੇ ਬਿਨਾਂ ਘਰ ਸੁੰਨਾ ਸੁੰਨਾ ਪਿਆ ਛੱਡਦੇ ਗੁੱਸਾ ਕਿਲਾ ਘਰਾਂ ਦੇ ਵਿੱਚ 20 ਗੱਲਾਂ ਹੋ ਜਾਂਦੀਆਂ ਰੁੱਸ ਕੇ ਨਹੀਂ ਬੈਠੀ ਦਾ ਚੱਕ ਲਾ ਤੂੰ ਤੇਰਾ ਝੋਲਾ ਚੜ ਚੱਲ ਮੇਰੇ ਨਾਲ ਘੋੜੇ ਵਾਲੀ ਬੱਸ ਨਾਲੇ ਤੈਨੂੰ ਮੈਂ ਗੋਲ ਗੱਪਿਆਂ ਦਾ ਜੂਸ ਪਿਲਾਉਂਗਾ ਜੂਸ ਨੀ ਹੁੰਦਾ ਪਾਣੀ ਹੁੰਦਾ ਹੁੰਦਾ ਤਾਂ ਸਾਲਿਆ ਉਹ ਵੀ ਪੀਣ ਵਾਲਾ ਹੀ ਆ ਆਹੋ ਵੈਸੇ ਪੀਣ ਵਾਲੀਆਂ ਚੀਜ਼ਾਂ ਦਾ ਹੋਰ ਵੀ ਬਹੁਤ ਆ ਹਾਂ ਛੱਡਦੇ ਗੁੱਸਾ ਕਿਲਾ ਛੱਡਦੇ ਨਹੀਂ ਨਹੀਂ ਵੀ ਪੁੱਟਰ ਵਾਲੇ ਉਹ ਕਹਿੰਦੀ ਨਹੀਂ ਜਾਣਾ ਗੱਲ ਕੀ ਆ ਪਤਾ ਲੱਗੇ ਸਾਰਿਆਂ ਨੂੰ ਵੀ ਤੂੰ ਚੰਗੀ ਭਲੀ ਆਈ ਸੀ ਤੇ ਇੱਥੇ ਆ ਕੇ ਤੇਰੇ ਕੀ ਸੱਪ ਲੜ ਗਿਆ ਦੱਸ ਫਿਰ ਆ ਜਾ ਗੱਲ ਆ ਹੁਣ ਪਤਾ ਲੱਗਿਆ
ਵੀ ਜੇ ਤੂੰ ਲੈ ਕੇ ਜਾਣਾ ਮੈਨੂੰ ਕੰਧ ਵਿਹੜੇ ਦੇ ਵਿਚਾਲੇ ਤੈਨੂੰ ਕੱਢਣੀ ਪਊਗੀ ਵੱਡੀ ਭਾਬੀ ਦੀ ਗੁਲਾਮੀ ਤੈਨੂੰ ਛੱਡਣੀ ਪਊ ਇਹਦਾ ਮਤਲਬ ਮੈਂ ਭਾਬੀ ਦੀ ਗੁਲਾਮੀ ਕਰਦਾ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਸੱਸਾਂ ਨਾ ਪਤਾ ਨਹੀਂ ਕਾਹਤੋਂ ਨਹੀਂ ਬਣਦੀ ਕੰਧ ਕਢਾਉਣ ਤੱਕ ਤੁਰ ਪੈਂਦੀਆਂ ਪਹਿਲਾਂ ਦੋ ਭਰਾਵਾਂ ਦੋਨੇ ਅੱਡ ਕਿੱਥੋਂ ਹੋ ਜਾਈਏ ਦੋ ਹੀ ਆ ਕੰਧ ਵਾਲਾ ਕੰਮ ਮੈਂ ਨਹੀਂ ਕਰ ਸਕਦਾ ਠੀਕ ਹੈ ਨਾ ਗੱਲ ਗੁੱਸਾ ਛੱਡ ਦੇ ਅਗਲੀ ਗੱਲ ਸੁਣ ਲਾ ਮੇਰੀ ਨੀ ਤੂੰ ਖਿੱਚ ਲੈ ਤਿਆਰੀ ਹਿੰਦ ਛੱਡ ਦੇ ਨੀ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ ਆਖਿਆ ਸੀ ਭਲਾ ਕਿੱਡੀ ਕੁ ਸੁਨੱਖੀ ਉਹ ਦੱਸ ਵੇ ਪੱਖ ਪੂਰ ਦੀ ਹਮੇਸ਼ਾ ਉਹਦਾ ਸੱਸ ਵੇ ਕੰਮ ਇੱਕੋ ਬਸ ਤੇਰਾ ਤੂੰ ਕਸੂਰ ਕੱਢੇ ਮੇਰਾ ਗੁੱਤ ਮੈਨੂੰ ਹੀ ਜੜਾਂ ਚੋ ਉਹਦੀ ਵੱਢਣੀ ਪਊਗੀ ਵੱਡੀ ਭਾਬੀ ਦੀ ਗੁਲਾਮੀ ਤੈਨੂੰ ਛੱਡਣੀ ਪਊ ਭਰਜਾਈ ਮੇਰੀ ਚੰਗੀ ਆ ਚਾਹੇ ਸੋਹਣੀ ਆ ਚਾਹੇ ਮਾੜੀ ਆ ਭਰਜਾਈਆਂ ਜਿਹੜੀਆਂ ਹੁੰਦੀਆਂ ਉਹ ਮਾਵਾਂ ਵਰਗੀਆਂ ਹੀ ਹੁੰਦੀਆਂ ਪਾਣੀ ਮੰਗੇ ਦੁੱਧ ਦਿੰਦੀਆਂ ਜੱਗ ਜਿਉਣ ਵੱਡੀਆਂ ਭਰਜਾਈਆਂ ਠੀਕ ਹੈ ਨਾ ਗੱਲ ਕਿਉਂ ਸਿੱਧੂ ਸਾਹਿਬ ਗੱਲ